ਹਰਸਿਮਰਤ ਕੌਰ ਬਾਦਲ ਨੇ ਕੀਤਾ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਦਾ ਉਦਘਾਟਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਰਨਾਲਾ ਵਿਖੇ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਦਾ ਉਦਘਾਟਨ ਰਿਬਨ ਕੱਟ ਕੇ ਅਤੇ ਪਰਦਾ ਹਟਾ ਕੇ ਕੀਤਾ। ਉਦਘਾਟਨ ਤੋਂ ਉਪਰੰਤ ਉਹਨਾਂ ਕੌਸ਼ਲ ਕੇਂਦਰ ਦਾ ਦੌਰਾ ਵੀ ਕੀਤਾ। ਇਸ ਮੌਕੇ ਉਹਨਾਂ ਦੱਸਿਆ ਕਿ ਇਸ ਕੌਸ਼ਲ ਕੇਂਦਰ ਵਿੱਚ 5 ਵੱਖ-ਵੱਖ ਤਰ੍ਹਾਂ ਦੇ ਕੋਰਸ ਵਿਦਿਆਰਥੀਆਂ ਨੂੰ ਮੁਫ਼ਤ ਵਿੱਚ ਕਰਵਾਏ ਜਾਣਗੇ, ਜਿਸ ਅਧੀਨ ਉਹਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਕੰਮ ਪ੍ਰਤੀ ਹੁਨਰਮੰਦ ਕੀਤਾ ਜਾਵੇਗਾ ਤੇ ਕੋਰਸ ਕਰਨ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਕੰਪਨੀਆਂ ਵਿੱਚ ਰੁਜ਼ਗਾਰ ਵੀ ਪ੍ਰਦਾਨ ਕਰਵਾਇਆ ਜਾਵੇਗਾ। ਅੱਜ ਦਾ ਮਕਸਦ ਇੱਥੇ ਆਉਣ ਦਾ ਕਿ ਪ੍ਰਧਾਨ ਮੰਤਰੀ ਜੀ ਵੱਲੋਂ ਬਰਨਾਲਾ ਇਲਾਕੇ ਨੂੰ ਨੌਜਵਾਨਾਂ ਨੂੰ ਬਹੁਤ ਵੱਡੀ ਦੇਣ ਦਿੱਤੀ ਗਈ ਹੈ। ਇਹ ਸਕਿੱਲ ਸੈਂਟਰ ਜਿੱਥੇ ਬਿਲਕੁਲ ਮੁਫਤ 1000 ਨੌਜਵਾਨਾਂ ਨੂੰ ਹਰ ਸਾਲ ਸਕਿਲਿੰਗ ਕਰਕੇ 5-7 ਅੱਡ-ਅੱਡ ਚੀਜ਼ਾਂ 'ਚ ਸਕਿਲਿੰਗ ਕਰਕੇ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਉਹਨਾਂ ਦੀ ਨੌਕਰੀਆਂ ਵੀ ਲਾਈਆਂ ਜਾਣਗੀਆਂ। ਜਿਹੜਾ ਖੁਦ ਦਾ ਕੰਮ ਕਰਨਾ ਚਾਹੁੰਦੇ ਉਹਨਾਂ ਮੁਦਰਾ ਬੈਂਕ ਤੋਂ ਲੋਨ ਵੀ ਦਿੱਤਾ ਜਾਊਗਾ। ਆਉਣ ਵਾਲੇ ਸਮੇਂ 'ਚ ਇੱਥੋਂ ਸਕਿੱਲ ਲੈ ਕੇ ਦੁਨੀਆ ਦੇ ਕਿਸੇ ਕੋਨੇ 'ਚ ਤੁਹਾਨੂੰ ਨੌਕਰੀ ਰੁਜ਼ਗਾਰ ਮਿਲ ਸਕਦਾ ਹੈ। ਸੋ ਇਹ 5 ਸੈਂਟਰ ਜਿਹੜੇ ਪ੍ਰਧਾਨ ਮੰਤਰੀ ਜੀ ਨੇ ਦਿੱਤੇ ਨੇ, ਜਿਹੜੀ ਸਰਕਾਰ ਘਰ ਘਰ ਨੌਕਰੀ ਦੇਣ ਦੇ ਦਾਅਵੇ ਕਰਦੀ ਸੀ ਤਾਂ ਕੱਖ ਕੀਤਾ ਨਹੀਂ, ਬਲਕਿ ਕਰਨਾ ਕੀ। ਅੱਜ ਕੇਂਦਰ ਦੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ 'ਚ ਖੜਾ ਕਰਨ ਵਾਸਤੇ ਜਿਹੜਾ ਕੰਮ ਕਰ ਰਹੀ ਹੈ ਉਹ ਲੋਕਾਂ ਦੇ ਵਿੱਚ ਮੈਂ ਲੈ ਕੇ ਆਇਆ। ਮੈਂ ਹੈਰਾਨ ਹਾਂ ਕਾਂਗਰਸ ਪਾਰਟੀ 'ਚ ਕਿ ਜਿਹੜੇ ਬੰਦੇ ਨੇ ਲਾਡੀ ਸ਼ੇਰੋਵਾਲੀਆ ਦਾ ਖੁਦ ਆਪਣੇ ਮੂੰਹ ਤੋਂ ਬਿਆਨ ਕਰ ਰਿਹਾ ਹੈ ਕਿ ਉਹ ਰੇਤੇ 'ਚ ਕਿਵੇਂ ਪੈਸੇ ਲੈਂਦਾ ਹੈ ਅਤੇ ਦਿੰਦਾ ਹੈ, ਇਲੀਗਲ ਮਾਈਨਿੰਗ ਕਰਦਾ ਹੈ, ਉਹਦਾ ਖੁਦ ਦਾ ਸਟਿੰਗ ਹੈ। ਅੱਜ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਨੇ ਉਹਦੇ ਖਿਲਾਫ਼ ਕੋਈ ਐਕਸ਼ਨ ਨਹੀਂ ਲਿੱਤਾ ਅਤੇ ਇੱਕ ਪੁਲਿਸ ਨੇ ਜਿਹੜਾ ਉਹਦਾ ਫਰਜ਼ ਬਣਦਾ ਹੈ ਕਿ ਇਲੈਕਸ਼ਨ ਕਮਿਸ਼ਨ ਤੋਂ ਕੰਪਲੇਂਟ ਆਈ ਹੈ, ਜਿਹੜਾ ਖੁਦ ਬੰਦਾ ਕਹਿ ਰਿਹਾ ਹੈ ਸਾਰੇ ਇਲਾਕੇ ਨੂੰ ਪਤਾ ਹੈ ਕਿ ਇਲੀਗਲ ਮਾਈਨਿੰਗ ਕਰਦਾ ਹੈਗਾ, ਜਿਹੜੇ ਮੁੱਖ ਮੰਤਰੀ ਕਹਿੰਦੇ ਮੈਂ ਇਲੀਗਲ ਮਾਈਨਿੰਗ ਨੂੰ ਬੰਦ ਕਰਾਂਗਾ ਅਤੇ ਸਰਕਾਰ ਨੂੰ ਉਹਨਾਂ ਦੀ ਹਦਾਇਤਾਂ ਦੇ ਮੁਤਾਬਿਕ ਇਲੈਕਸ਼ਨ ਕਮਿਸ਼ਨ ਦੇ ਮੁਤਾਬਿਕ ਜਿਹੜਾ ਫਰਜ਼ ਬੰਦਾ ਸੀ ਉਹ ਕੀਤਾ, ਉਸ ਬੰਦੇ ਨੂੰ ਫੜ ਕੇ ਉਹਦੇ ਖਿਲਾਫ਼ FIR ਕਰਕੇ ਅੱਜ ਵਿਰੋਧੀਆਂ ਦੇ ਉੱਤੇ ਪਾਉਣ ਦੀ ਕੋਸ਼ਿਸ਼ ਕਰ ਰਹੇ, ਲੇਕਿਨ ਜਿਹੜਾ ਬੰਦਾ ਇਲੀਗਲ ਕੰਮ ਕਰ ਰਿਹਾ ਉਹਦੇ ਖਿਲਾਫ਼ ਕੋਈ ਐਕਸ਼ਨ ਨਹੀਂ। ਇਹ ਸ਼ਰੇਆਮ, ਇਹ ਕੈਪਟਨ ਸਰਕਾਰ ਅਤੇ ਕਾਂਗਰਸ ਦੀ ਜਿਹੜੀ ਕਰਪਸ਼ਨ ਦੀ ਪੁਰਾਣੀ ਆਦਤ ਹੈ ਜਿਹੜੀ ਇਹਨਾਂ ਵਿੱਚੋਂ ਨਿਕਲ ਨਹੀਂ ਸਕਦੀ। ਸੀ ਫੋਰ ਕਰਪਸ਼ਨ, ਸੀ ਫੋਰ ਕਾਂਗਰਸ, ਸੀ ਫੋਰ ਕੈਪਟਨ। ਅੱਜ ਤਾਂ ਹੀ ਇੰਟਰਨੈਟ ਸਿਟੀ ਸੈਂਟਰ ਵਿਦੇਸ਼ 'ਚ ਕਾਲੇ ਧਨ ਦੇ ਅੱਜ ਵੀ ਗੇੜੇ ਕੱਢ ਰਹੇ ਨੇ, ਕੋਈ ਨਹੀਂ ਹੁਣ ਹੁਣ ਇਹ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਟਿਕਟਾਂ ਨਾਲ ਨਵਾਜ ਕੇ ਖੁੱਲ੍ਹੀ ਛੁੱਟੀ ਦੇ ਰਹੇ ਹੋ ਕਿ ਤੁਸੀਂ MLA ਬਣੋ ਅਤੇ ਰੱਜ ਕੇ ਖਜ਼ਾਨੇ ਨੂੰ ਲੁੱਟੋ। ਇਹ ਕੰਪਨੀ ਦਾ ਨਾਮ ਹੈ ਇੰਪਾਵਰ ਪ੍ਰਗਤੀ, ਹਮ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਐਂਡ ਅੰਤਰਪ੍ਰੀਨਰਸ਼ਿਪ ਔਰ ਨੈਸ਼ਨਲ ਸਕਿੱਲ ਡਿਵੈਲਪਮੈਂਟ ਕੇ ਕਾਰਪੋਰੇਸ਼ਨ ਕੇ ਅੰਤਰਗਤ ਇਸ ਤਰ੍ਹਾਂ ਕਿ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਖੋਲ੍ਹ ਰਹੇ ਹੈ ਪੰਜਾਬ ਮੇਂ ਜੀ। ਹਮਾਰਾ ਇਹ ਤੀਸਰਾ ਹੈ, ਦੂਸਰਾ ਪਹਿਲੇ ਦੋ ਪਹਿਲੇ ਮੈਂ ਮੈਡਮ ਆਨਰੇਬਲ ਮਿਨਿਸਟਰ ਨੇ ਖੋਲ੍ਹਾ ਥਾ, ਉਦਘਾਟਨ ਕੀਆ ਥਾ ਪਿਛਲੇ ਹਫਤੇ, ਆਜ ਦੋ ਕਰ ਰਹੀ ਹੈ ਔਰ ਇੱਕ ਔਰ ਕਰ ਰਹੀ ਹੈ। ਤੋ ਇਹ ਪ੍ਰਧਾਨ ਮੰਤਰੀ ਕੇ ਨੇਤ੍ਰਤਵ ਮੇਂ ਹਰ ਜ਼ਿਲ੍ਹੇ ਔਰ ਹਰ ਪਾਰਲੀਮੈਂਟਰੀ ਕੰਸਟੀਟੂਐਂਸੀ ਮੇਂ ਇੱਕ ਇੱਕ ਐਸਾ ਖੋਲ੍ਹਾ ਜਾ ਰਹਾ ਹੈ। ਯਹਾਂ ਪੇ ਜੈਸੇ ਇਸ ਵਾਲੇ ਸੈਂਟਰ ਮੇਂ ਹਮ 5 ਤਰ੍ਹਾਂ ਕੇ ਤਕਨੀਕੀ ਪ੍ਰਸ਼ਿਕਸ਼ਣ ਉਸਕੇ ਉੱਪਰ ਹਮ ਪੜ੍ਹਾਏਂਗੇ, ਉਸਕੇ ਬਾਅਦ 100% ਨੌਕਰੀ ਹੈ ਜੀ। ਯਾ ਤੋ ਆਪ ਕੰਪਨੀ ਮੇਂ ਨੌਕਰੀ ਕਰ ਸਕਤੇ ਹੋ ਯਾ ਆਪਣਾ ਖੁਦ ਖੋਲ ਸਕਤੇ ਹੋ। ਖੁਦ ਖੋਲਨੇ ਕੇ ਲੀਏ ਵੀ ਮੁਦਰਾ ਲੋਨ ਦੀ ਜਾਏਗੀ, ਜਿਸਕੇ ਲੀਏ ਕੋਈ ਆਪਕੋ ਕੋਲੈਟਰਲ ਕੋਈ ਕਾਗਜ਼ ਪੱਤਰੀ ਨਹੀਂ ਦੇਣਾ ਪੜੇਗਾ, ਔਰ ਨਹੀਂ ਤੋ ਆਪ ਨੌਕਰੀ ਕਰਨਾ ਚਾਹੋ। ਤੋ ਕੋਰਸ ਕੇ ਸਾਥ ਸਾਥ ਜੈਸੇ ਯਹਾਂ ਪੇ ਬੇਕਿੰਗ ਟੈਕਨੀਸ਼ੀਅਨ ਹੈ, ਇਹ ਵਾਲਾ ਜੋ ਕਮਰਾ ਆਪ ਦੇਖ ਰਹੇ ਹੈ CCTV ਟੈਕਨੀਸ਼ੀਅਨ ਕਾ ਲੈਬ ਹੈ, ਕਲਾਸਰੂਮ ਹੈ, ਉਸਕੇ ਸਾਥ ਸਾਥ ਪਲੰਬਿੰਗ ਕਾ ਕੋਰਸ ਹੈ, ਫੀਲਡ ਟੈਕਨੀਸ਼ੀਅਨ ਕਾ ਕੋਰਸ ਹੈ ਔਰ ਰੂਮ ਅਟੈਂਡੈਂਟ ਕਾ ਕੋਰਸ ਹੈ। ਤੋ ਇਹ ਮਤਲਬ ਕਲਾਸ 5, ਕਲਾਸ 10, ਕਲਾਸ 11 ਤੱਕ ਕੇ ਬੱਚੋਂ ਕੇ ਲੀਏ ਜੋ ਗਰੀਬ ਹੈ, ਆਗੇ ਪੜ੍ਹ ਨਹੀਂ ਪਾਤੇ ਜਾਂ ਨੌਕਰੀਆਂ ਕਰ ਨਹੀਂ ਪਾਤੇ, ਉਨਕੇ ਲੀਏ ਹੈ। ਔਰ ਕੋਰਸ ਕੇ ਸਾਥ ਸਾਥ ਜੀ ਆਪਕੋ ਹਮ ਪ੍ਰੈਕਟੀਕਲ ਟ੍ਰੇਨਿੰਗ ਦੇਂਗੇ, ਹਮ ਆਪਕੋ ਇੰਗਲਿਸ਼ ਸਿਖਾਏਂਗੇ, ਹਮ ਆਪਕੋ ਡਿਜੀਟਲ ਲਿਟਰੇਸੀ ਕੰਪਿਊਟਰ ਸਿਖਾਏਂਗੇ ਔਰ ਪਰਸਨੈਲਿਟੀ ਡਿਵੈਲਪਮੈਂਟ ਜੋ ਕਿ ਅੱਜ ਕੀ ਤਾਰੀਖ ਮੇਂ ਬਹੁਤ ਜ਼ਰੂਰੀ ਹੈ ਆਗੇ ਬੜਨੇ ਕੇ ਲੀਏ, ਵੋ ਸਭ ਵੀ ਸਿਖਾਏਂਗੇ। ਤੋ ਇਹ ਪੂਰੇ ਸੰਚਾਲਨ ਇਹ ਹਮਾਰੀ ਕੰਪਨੀ ਕਰ ਰਹੀ ਹੈ, ਇੰਪਾਵਰ ਪ੍ਰਗਤੀ, ਹਮ ਚੁਣੇ ਗਏ ਹੈ ਸਰਕਾਰ ਕੀ ਤਰਫ ਸੇ। ਇਹ ਹਮਾਰਾ 15ਵਾਂ ਐਸਾ ਸੈਂਟਰ ਹੈ, 12 ਹਮਾਰੀ UP ਮੇਂ ਚੱਲ ਰਹੀ ਹੈ ਔਰ ਯਹਾਂ ਪੇ ਇਹ ਤੀਸਰਾ ਹੈ।